ਇਸ ਨੂੰ ਖਤਮ ਕਰ ਦੇਣਾ ਜਮਹੂਰੀਅਤ ਨੂੰ ਖਤਮ ਕਰਨਾ ਹੈਗਾ ਸਾਡੀ ਪਾਰਟੀ ਨੇ ਵੀ ਜਦੋਜਹਿਦ ਕੀਤੀ ਹੈ ਪੰਚਾਇਤਾਂ ਨੇ ਵੀ ਜਦੋਜਹਿਦ ਕੀਤੀ ਹੈ ਹਾਈ ਕੋਰਟ ਦੇ ਅੱਗੇ ਜਾ ਕੇ ਅਤੇ ਬਹੁਤ ਸੋਹਣਾ ਫੈਸਲਾ ਹੋਇਆ ਕਿ ਇਹ ਪੰਚਾਇਤਾਂ ਨੂੰ ਤੁਸੀਂ ਰੱਦ ਨਹੀਂ ਕਰ ਸਕਦੇ ਹੈਗੇ ਕਿ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਇਹ ਨਹੀਂ ਕਰ ਸਕਦੇ ਤੁਹਾਡੀ ਆਹ ਇਨਕੁਆਇਰੀ ਹੋਊਗੀ ਤੁਹਾਨੂੰ ਇਹ ਮੁਅੱਤਲ ਕੀਤਾ ਜਾਊਗਾ ਇਹ ਸਰਪੰਚਾਂ ਨੂੰ ਤੰਗ ਕਰਨ ਦੀ ਕੀਤੀ ਹਰਕਤ ਤਾਂ ਫਿਰ ਦੇਖੋ ਕਿ ਸਾਡੇ ਵਰਗਾ ਮਾੜਾ ਬੰਦਾ ਕੋਈ ਨਹੀਂ ਹੋਊਗਾ ਅਸੀਂ ਲੋਕ ਰਾਜ ਦੇ ਵਿੱਚ ਹੈਗੇ ਹਾਂ ਅਸੀਂ ਜਮਹੂਰੀਅਤ ਦੇ ਵਿੱਚ ਹੈਗੇ ਹਾਂ ਹੁਣ ਸਾਡੀਆਂ ਪੰਚਾਇਤਾਂ ਜਮਹੂਰੀਅਤ ਦੀ ਜੜ੍ਹ ਹੈ ਇਸ ਨੂੰ ਖਤਮ ਕਰ ਦੇਣਾ ਜਮਹੂਰੀਅਤ ਨੂੰ ਖਤਮ ਕਰਨਾ ਹੈਗਾ ਜਿਵੇਂ ਆਮ ਆਦਮੀ ਪਾਰਟੀ ਨੇ ਸਾਡੀਆਂ ਪੰਚਾਇਤਾਂ ਖਤਮ ਕੀਤੀਆਂ ਅਤੇ ਅੱਜ ਹਾਈ ਕੋਰਟ ਨੇ ਫੈਸਲਾ ਸੁਣਾਤਾ ਹੈ ਸਾਡੀ ਪਾਰਟੀ ਨੇ ਵੀ ਜਦੋਜਹਿਦ ਕੀਤੀ ਹੈ ਪੰਚਾਇਤਾਂ ਨੇ ਵੀ ਜਦੋਜਹਿਦ ਕੀਤੀ ਹੈ ਹਾਈ ਕੋਰਟ ਦੇ ਅੱਗੇ ਜਾ ਕੇ ਅਤੇ ਬਹੁਤ ਸੋਹਣਾ ਫੈਸਲਾ ਹੋਇਆ ਕਿ ਇਹ ਪੰਚਾਇਤਾਂ ਨੂੰ ਤੁਸੀਂ ਰੱਦ ਨਹੀਂ ਕਰ ਸਕਦੇ ਹੈਗੇ ਪਰ ਕਿਉਂ ਕਰਕੇ ਰੰਜ ਦੇ ਨਾਲ ਇਹ ਸਰਕਾਰ ਨੇ ਪੰਚਾਇਤਾਂ ਨੂੰ ਭੰਗ ਕੀਤਾ ਇਸ ਕਰਕੇ ਇਹੀ ਸਰਕਾਰ ਜਿਹੜੇ ਪੰਚਾਇਤ ਦੇ ਅਫਸਰ ਹੈਗੇ ਹੈ ਬੀ ਡੀ ਓ ਹੈਗੇ ਹੈ ਉਹ ਹੁਣ ਤੰਗ ਕਰਨਾ ਸ਼ੁਰੂ ਕਰ ਦੇਣਗੇ ਜਿੰਨੇ ਵੀ ਸਰਪੰਚ ਅਤੇ ਪੰਚਾਇਤਾਂ ਹੈਗੀਆਂ ਕਿ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਇਹ ਨਹੀਂ ਕਰ ਸਕਦੇ ਤੁਹਾਡੀ ਆਹ ਇਨਕੁਆਇਰੀ ਹੋਊਗੀ ਤੁਹਾਨੂੰ ਇਹ ਮੁਅੱਤਲ ਕੀਤਾ ਜਾਊਗਾ ਮੈਂ ਹੁਣ ਦੇਖੋ ਮੈਂਬਰ ਪਾਰਲੀਮੈਂਟ ਹੈ ਮੈਂ ਆਪਣੀ ਤਾਕਤ ਤਾਂ ਕਦੇ ਦੱਸੀ ਨਹੀਂ ਪਰ ਮੈਂ ਸਾਰੀ ਡਿਵੈਲਪਮੈਂਟ 3 ਜ਼ਿਲ੍ਹਿਆਂ ਦਾ ਚੇਅਰਮੈਨ ਹੈ ਵਿੱਚ ਆਉਂਦਾ ਸੰਗਰੂਰ ਮਾਨ ਇਹ ਮਲੇਰਕੋਟਲਾ ਅਤੇ ਬਰਨਾਲਾ ਅਤੇ ਜੇ ਕਿਸੇ ਨੇ ਇਹੋ ਜਿਹੀ ਜ਼ਰੂਰਤ ਕੀਤੀ ਬੀ ਡੀ ਓ ਨੇ ਜਾਂ ਪੰਚਾਇਤ ਅਫਸਰ ਨੇ ਸਰਕਾਰ ਦੇ ਹੁਕਮਾਂ ਦੇ ਉੱਤੇ ਨਜਾਇਜ਼ ਹੁਕਮਾਂ ਦੇ ਉੱਤੇ ਇਹ ਸਰਪੰਚਾਂ ਨੂੰ ਤੰਗ ਕਰਨ ਦੀ ਕੀਤੀ ਹਰਕਤ ਤਾਂ ਫਿਰ ਦੇਖੋ ਕਿ ਸਾਡੇ ਵਰਗਾ ਮਾੜਾ ਬੰਦਾ ਕੋਈ ਨਹੀਂ ਹੋਊਗਾ ਅਸੀਂ ਲੋਕ ਰਾਜ ਦੇ ਵਿੱਚ ਹੈਗੇ ਹਾਂ ਅਸੀਂ ਜਮਹੂਰੀਅਤ ਦੇ ਵਿੱਚ ਹੈਗੇ ਹਾਂ ਹੁਣ ਪੰਚਾਇਤਾਂ ਨੂੰ ਰਗੜਾ ਚਾੜਤਾ ਅਸੀਂ ਹਾਈ ਕੋਰਟ ਚਲੇ ਗਏ ਅਸੀਂ ਕੰਮ ਜਿੱਤ ਲਿਆ ਪਰ ਇਹ ਹੁਣ ਅੜਚਣ ਜ਼ਰੂਰ ਪਾਉਣੀ ਹੈ ਜਿਹੜੇ ਬੀ ਡੀ ਓ ਅਤੇ ਪੰਚਾਇਤ ਅਫਸਰ ਸਰਪੰਚਾਂ ਨੂੰ ਲੋਕਲ ਕੰਮ ਕਰਨ ਨਹੀਂ ਦੇਣਗੇ ਇਹ ਦੇਖੋ ਜੇ ਇਹਨਾਂ ਨੇ ਇਹਦੇ ਵਿੱਚ ਟੰਗ ਫਸਾਈ ਤਾਂ ਅਸੀਂ ਫਿਰ ਕਾਨੂੰਨੀ ਕਾਰਵਾਈ ਇਹ ਅਫਸਰਾਂ ਦੇ ਖਿਲਾਫ ਕਰਾਂਗੇ ਅਤੇ ਮੈਂ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡੇ ਵਰਗੇ ਹੈਗੇ ਹੋ ਤੁਸੀਂ ਬਿਲਕੁਲ ਸਰਕਾਰ ਦੇ ਨਜਾਇਜ਼ ਆਰਡਰ ਬਿਲਕੁਲ ਨਹੀਂ ਸੁਣਨੇ ਨਾ ਉਹਨਾਂ ਨੂੰ ਲਾਗੂ ਕਰਨਾ।